ਚੱਲ ਭਲਾ ਜੀ। ਮੇਰੇ ਪੰਜਾਬ ਦੇ ਵੀਰੋ, ਜਦੋਂ ਮੇਰੇ ਤੇ ਪਰਚਾ ਪਿਆ ਸੀ, ਬਹੁਤ ਲੋਕਾਂ ਨੇ ਸਾਥ ਵੀ ਦਿੱਤਾ, ਉਹਨਾਂ ਦਾ ਮੈਂ ਧੰਨਵਾਦ ਕਰਦਾ, ਔਰ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ। ਮੈਂ ਇੱਕ ਰਾਤ ਹੀ ਮੇਰੇ ਖਿਲਾਫ ਵੀਡੀਓ ਵੇਖ ਰਿਹਾ ਸੀ, ਜਿਹਨੇ ਪਾਈ ਹੈ, ਮੈਂ ਉਹਦਾ ਨਾਮ ਨਹੀਂ ਲੈਂਦਾ, ਉਹ ਅਕਸਰ ਹੀ ਸਾਰਿਆਂ ਦੇ ਖਿਲਾਫ ਹੀ ਚੱਲਦਾ ਜਿਹੜਾ ਵੀ ਪੰਜਾਬ ਦੀ ਗੱਲ ਕਰਦਾ। ਉਹ ਜਿਹੜਾ ਕਹਿ ਲਓ, ਉਹ ਇਹ ਕਹਿ ਰਿਹਾ ਸੀ ਕਿ ਵਿਸ਼ਵਦੀਪ ਕੋਲ, ਵਿਸ਼ਵਦੀਪ ਤਾਂ ਗਰੀਬ ਆ, ਪਿਸਟਲ ਕਿੱਥੋਂ ਆਇਆ। ਸਾਨੂੰ ਇਹ ਪਤਾ ਲੱਗਿਆ ਵੀ ਵਿਸ਼ਵਦੀਪ ਨੇ ਤਾਂ ਕਿਤੇ ਪਲਾਟ ਵੀ ਲਏ ਹੋਏ ਆ, ਪਲਾਟ ਮੈਨੂੰ ਇਹ ਨਹੀਂ ਪਤਾ ਵੀ ਉਹ ਪਲਾਟ ਲਿਆ, ਪਤਾ ਨਹੀਂ ਚੰਦ ਤੇ ਲਿਆ ਕਿ ਸੂਰਜ ਤੇ ਲਿਆ, ਉਹ ਪਲਾਟ ਦਾ ਮੈਨੂੰ ਤਾਂ ਪਤਾ ਨਹੀਂ ਵੀ ਭਾਈ ਕਿਹੜੇ ਨੇ ਪਲਾਟ ਲੈ ਲਏ, ਕਿਹੜੇ ਨੇ ਨਹੀਂ ਲੈ ਲਏ। ਜਿਹੜੇ ਲੋਕ ਇਹ ਕਹਿੰਦੇ ਆ ਕਿ ਵਿਸ਼ਵਦੀਪ ਨੇ ਕਿਤੇ ਪਲਾਟ ਲਏ ਹੋਏ ਆ, ਉਹਨਾਂ ਨੂੰ ਮੇਰਾ ਖੁੱਲਾ ਚੈਲੰਜ ਆ, ਜਿੱਥੇ ਮੁਕਤਸਰ, ਹਬੋਰ, ਪੰਜਾਬ ਦੇ 23 ਜ਼ਿਲ੍ਹੇ ਆ, 23 ਜ਼ਿਲ੍ਹਿਆਂ ਦੇ ਵਿੱਚ ਕਿਤੇ ਵੀ ਮੇਰਾ ਪਲਾਟ ਅੱਜ ਦੀ ਡੇਟ ਦੇ ਵਿੱਚ, ਕਿੰਨੀ ਤਰੀਕ ਅੱਜ, 23 ਤਰੀਕ, 9ਵਾਂ ਮਹੀਨਾ 2024, ਜੇ ਇਸ ਤਰੀਕ ਦੇ ਵਿੱਚ ਜਾਂ ਹੋਰ ਜਾਂ ਤੁਸੀਂ ਆ ਮਹੀਨੇ ਦੇ ਵਿੱਚ, ਜੇ ਮੇਰਾ ਤੁਹਾਨੂੰ ਕੋਈ ਕਹਿੰਦਾ ਕੋਈ ਬੰਦਾ ਵੀ ਆਹ ਪਲਾਟ ਵਿਸ਼ਵਦੀਪ ਫਾਜ਼ਿਲਕਾ ਦਾ, ਉਹ ਪਲਾਟ ਮੈਂ ਪੰਜਾਬ ਦੇ ਖਜ਼ਾਨੇ ਨੂੰ ਦੇਊਂਗਾ। ਜਿਹੜਾ ਵੀ ਬੰਦਾ ਇਹ ਕਹਿ ਦੇ ਕਿ ਆਹ ਵਿਸ਼ਵਦੀਪ ਦਾ ਪਲਾਟ ਆ, ਨਾ ਵਿਸ਼ਵਦੀਪ ਨੇ ਇੱਕ ਮਰਲਾ ਵੀ ਥਾਂ ਦਾ ਲਿਆ ਬਾਹਰ, ਉਹ ਬਈ ਉਹ ਮਰਲਾ ਉਹਦਾ ਹੋਊਗਾ, ਉਹ ਮਰਲੇ ਦੇ ਵਿੱਚ ਉਹ ਮਰਲਾ ਕੀ ਮੈਂ ਕਹਿੰਦੇ ਇੱਕ ਫੁੱਟ ਵੀ ਜਗ੍ਹਾ ਹੋਈ ਉਹ ਰੱਖ ਲੂਗਾ। ਪਰ ਜਿਹੜੇ ਬੰਦੇ ਨਜਾਇਜ਼ ਬਦਨਾਮ ਕਰ ਰਹੇ ਆ, ਹੁਣ ਜਿਹੜਾ ਰੌਲਾ ਪੈ ਰਿਹਾ ਕਿ ਵਿਸ਼ਵਦੀਪ ਨੇ ਪਿਸਟਲ ਲੈ ਲਿਆ, ਪਿਸਟਲ 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 ਕਰੀ ਗਏ ਆ, ਬਈ ਜੀ ਪਿਸਟਲ ਜ਼ਰੂਰਤ ਆ, ਜਿਹੜਾ ਕਹਿ ਲਓ ਔਖਾ ਹੁੰਦਾ ਲਾਇਸੈਂਸ ਬਣਾਉਣਾ, ਤੇ ਉਹ ਸਾਡੇ ਜਿਹੜਾ ਕਹਿ ਲਓ ਐਡਾ ਪ੍ਰਸ਼ਾਸਨ ਮਾੜਾ ਵੀ ਨਹੀਂ ਗਾ, ਜਦੋਂ ਉਹਨਾਂ ਨੂੰ ਪਤਾ ਲੱਗ ਜੇ ਵੀ ਹਾਂ ਭਾਈ ਇਹ ਬਾਹਰ ਅੰਦਰ ਜਾਂਦੇ ਆ, ਇਹਨਾਂ ਨੂੰ ਖਤਰਾ ਹੁੰਦਾ ਕਈ ਥਾਵਾਂ ਤੋਂ, ਤੇ ਉਦੋਂ ਭਾਈ ਉਹਨਾਂ ਨੂੰ ਉਹਨਾਂ ਨੇ ਲਾਇਸੈਂਸ ਬਣਾ ਕੇ ਵੀ ਦਿੱਤਾ। ਸਾਰੀ ਤਹਿਕੀਕਾਤ ਚੱਲ ਕੇ ਮੈਂ ਸਰਕਾਰ ਦਾ ਇਸ ਮਸਲੇ ਦੇ ਵਿੱਚ 2022 ਦੇ ਵਿੱਚ ਮੇਰਾ ਲਾਇਸੈਂਸ ਬਣਿਆ ਸੀ, ਬਣਿਆ ਝਾੜੂ ਸਰਕਾਰ ਦੇ ਵਿੱਚ ਹੀ ਸੀ। ਮੈਂ ਧੰਨਵਾਦ ਕਰੂੰਗਾ ਸਰਕਾਰ ਦਾ ਵੀ, ਪ੍ਰਸ਼ਾਸਨ ਦਾ ਵੀ, ਜਿਨ੍ਹਾਂ ਨੇ ਮੈਨੂੰ ਮਸਲੇ ਦਾ ਲਾਇਸੈਂਸ ਬਣਾ ਕੇ ਦਿੱਤਾ ਸੀ। ਰਹੀ ਗੱਲ ਪਿਸਟਲ ਦੀ, ਪਿਸਟਲ ਕਹਿਣ ਨੂੰ ਕੋਈ 1.5-1.5 ਲੱਖ ਦਾ ਕਹਿੰਦਾ, ਕੋਈ ਕਿਸੇ ਦਾ ਕਹਿੰਦਾ, ਭਰਾਵੋ ਅੱਜ ਕੱਲ੍ਹ ਸੈਕਿੰਡ ਹੈਂਡ ਵੀ 50-50, 60-70, 70-70 ਹਜ਼ਾਰ ਰੁਪਏ ਦੇ ਮਿਲ ਜਾਂਦੇ ਆ, ਔਰ ਜਿਹੜੇ ਭਾਈ ਅਮੀਰ ਆ ਉਹਨਾਂ ਨੇ ਤਗੜਾ ਚੀਜ਼ਾਂ ਲੈਣੀਆਂ ਹੁੰਦੀਆਂ, ਤਗੜਾ ਅਸਲਾ ਲੈਣਾ ਹੁੰਦਾ। ਹੁਣ ਮੈਂ ਸਾਰਾ ਚੀਜ਼ਾਂ ਵਿਖਾਉਂਦਾ ਤੁਹਾਨੂੰ, ਹਲੇ ਟੈਨਸ਼ਨ ਨਾ ਲਓ। ਜਿਹੜਾ ਜਦੋਂ ਦੁਕਾਨਦਾਰ ਅੱਗੇ ਹੱਥ ਜੋੜਦੇ ਵੀ ਭਾਈ ਇਸ ਤਰ੍ਹਾਂ ਧਰਨਿਆਂ 'ਚ ਜਾਣਾ, ਰਾਤ ਦੇ 2-2.5 ਵੱਜ ਜਾਂਦੇ ਆਉਂਦਿਆਂ ਨੂੰ, 1.5 ਵੱਜ ਜਾਂਦਾ, ਤੇ ਅੱਜ ਕੱਲ੍ਹ ਜਿਹੜਾ ਕਹਿ ਲਓ ਕਿ ਲੁੱਟਾਂ ਮਾਰਾਂ ਚੱਲ ਰਹੀਆਂ, ਕਾਪੇ ਲੈ ਕੇ ਨਜਾਇਜ਼ ਹਥਿਆਰਾਂ ਨਾਲ ਮੌਤਾਂ ਹੋ ਜਾਂਦੀਆਂ, ਤੇ ਭਾਈ ਸਾਨੂੰ ਜਿਹੜਾ ਅਸਲਾ ਲਾਇਸੈਂਸ ਤਾਂ ਸਰਕਾਰ ਨੇ ਬਣਵਾਤਾ, ਪ੍ਰਸ਼ਾਸਨ ਨੇ ਬਣਾਤਾ, ਤੁਸੀਂ ਸਾਨੂੰ ਜਾਇਜ਼ ਰੇਟ ਤੇ ਲਾਓ, ਮਿਹਨਤ ਤਰਲਾ ਕਰ ਲਈਏ, ਬਹੁਤ ਫਰਕ ਪੈ ਜਾਂਦਾ, 10-15 ਹਜ਼ਾਰ ਦਾ ਪੈ ਜਾਂਦਾ ਫਰਕ। ਹੁਣ ਆਈ ਸੀ ਅਸਲਾ 60-70 ਹਜ਼ਾਰ ਦਾ ਆ ਜਾਂਦਾ, ਤੇ ਵਿਸ਼ਵਦੀਪ ਨੇ ਜੀ ਅੱਗੇ ਪਲਾਟ ਲੈ ਲਏ ਜੀ, ਆਹ ਲੈ ਲਓ ਭਰਾਵਾ, ਵਿਸ਼ਵਦੀਪ ਦਾ ਤਾਂ ਵਾਲ ਵਾਲ ਬੰਨਿਆ ਪਿਆ, ਕਿਸੇ ਨੂੰ ਕੀ ਪਤਾ ਹੁੰਦਾ। ਸਭ ਤੋਂ ਪਹਿਲਾ ਗੱਲ ਇਹ, ਮੈਂ ਰਾਤ ਵੀਡੀਓ ਵੇਖੀ ਆ ਤੇ ਮੈਂ ਇਹ ਚੀਜ਼ਾਂ ਜਿਹੜਾ ਕਹਿ ਲਓ ਮੈਨੂੰ ਦੱਸਣੀਆਂ ਪੈਣਗੀਆਂ, ਕਿਉਂਕਿ ਜੇ ਕੁਝ ਲੋਕਾਂ ਨੇ ਸਵਾਲ ਕੀਤੇ ਆ ਤੇ ਮੇਰਾ ਦੱਸਣਾ ਫਰਜ਼ ਵੀ ਆ। ਵੀਰੋ ਮੇਰਾ ਜਿਹੜਾ ਕਹਿ ਲਓ, ਆਹ ਇੱਧਰ ਚੈੱਕ ਕਰੋ, ਮੇਰਾ ਲੋਨ ਚੱਲਦੇ ਆ, ਇਹ ਆਹ ਚੈੱਕ ਕਰੋ, ਲੋਨ ਚੱਲਦੇ ਆ, ਜਿਹੜੀ ਇੱਕ ਕਿਸ਼ਤ ਹੈਗੀ ਆ 5265 ਰੁਪਈਆਂ ਦੀ,
4,94 ਰੁਪਈਆਂ ਦੀ, 2,496 ਰੁਪਈਆਂ ਦੀ, 4,819 ਰੁਪਈਆਂ ਦੀ, 4,743 ਰੁਪਈਆਂ ਦੀ, ਇੱਕ ਚੱਲਦੀ ਆ 3,610 ਰੁਪਈਆਂ ਦੀ। ਉਹ ਜਿਹੜਾ ਕਹਿ ਲਓ ਪਲੰਟੀ ਠੁੱਕੀ ਹੈ ਮੈਨੂੰ, ਉਹ ਐਤਕੀ ਨਹੀਂ ਭਰੀ ਗਈ, ਅਤੇ ਐਤਕੀ ਜਿਹੜਾ ਕਹਿ ਲਓ 3,610 ਰੁਪਈਏ ਸ਼੍ਰੀ ਆ ਜਿਹੜੇ ਗਣੇਸ਼ ਖਣੀ ਇਸ ਤਰ੍ਹਾਂ ਦਾ ਸ਼੍ਰੀ ਰਾਮ ਫਰਨੈਂਸ ਜਿਹੜੇ ਹੈਗੇ ਆ ਕਿਸ਼ਤਾਂ ਨੇ। ਇਹ ਮੈਂ ਜਦੋਂ MP ਦੀ ਚੋਣ ਲੜੀ ਆ ਉਦੋਂ ਲੋਨ ਚੱਕਿਆ ਸੀ, ਤੀਜੀ ਕਿਸ਼ਤ ਸੀ ਅੜ ਗਈ। ਇਹ ਜਿਹੜਾ ਕਹਿ ਲਓ ਕਿ ਜਿਹੜੇ ਲੋਕ ਇਹ ਕਹਿੰਦੇ ਆ ਜੀ ਕਿ ਬਾਈ ਜੀ ਇਹ ਤਾਂ ਪੁੱਛੋ ਜੀ ਪਲਾਟ ਲਏ ਆ, ਭਰਾਵੋ ਜੇ ਮੇਰਾ ਪੰਜਾਬ ਦੇ ਵਿੱਚ ਕਿਤੇ ਵੀ ਪਲਾਟ ਪਿਆ ਹੋਵੇ ਤੇ ਮੈਂ ਉਹ ਪਲਾਟ ਉਸੇ ਬੰਦੇ ਨੂੰ ਦਾਨ ਕਰੂੰਗਾ ਵੀ ਹਾਂ ਭਾਈ ਇਹਦਾ, ਜੇਕਰ ਮੈਂ ਮੇਰੇ ਤੇ ਨਜਾਇਜ਼ ਜਿਹੜੇ ਬੋਲੀ ਜਾਂਦੇ ਆ ਬਾਈ ਯਾਰ, ਜਿਹੜਾ ਤੁਹਾਨੂੰ ਕੋਈ ਫੋਨ ਕਰਕੇ ਕਹਿ ਦੇ ਨਾ ਪਹਿਲਾਂ ਉਹ ਵੀ ਉਹਦੇ ਕਾਗਜ਼ ਦਿਓ ਜਿਹੜਾ ਪਲਾਟ ਖਰੀਦਿਆ, ਮੁਕਤਸਰ ਖਰੀਦਿਆ, ਮਲੋਟ ਖਰੀਦਿਆ, ਹਬੋਰ ਖਰੀਦਿਆ, ਫਾਜ਼ਿਲਕਾ ਖਰੀਦਿਆ, ਫਿਰੋਜ਼ਪੁਰ ਖਰੀਦਿਆ, ਜਾਂ ਕਿਹੜੇ ਜਿਹੜੇ ਵੀ ਜ਼ਿਲ੍ਹੇ ਦੇ ਪਿੰਡ 'ਚ ਖਰੀਦਿਆ, ਉਹਦਾ ਵਿਖਾਓ ਕਿੱਥੇ ਖਰੀਦਿਆ। ਔਰ ਹੁਣ ਮੈਂ ਕਾਗਜ਼ ਤੁਹਾਨੂੰ ਬਾਹਲੇ ਨਹੀਂ ਵਿਖਾ ਸਕਦਾ, ਮੈਂ ਅੱਜ ਤੋਂ ਪਹਿਲਾਂ ਵੀ ਵਿਖਾਏ ਸੀ, ਅੱਜ ਮੈਨੂੰ ਸੱਚ ਬੋਲਣਾ ਪਊਗਾ। 3,25,000 ਰੁਪਈਏ ਦੇ ਵਿੱਚ ਮੈਂ ਆਪਦੇ ਮਕਾਨ ਗਹਿਣੇ ਰੱਖੇ ਸੀ, ਉਹ ਅੱਜ ਵੀ ਗਹਿਣੇ ਪਏ ਆ। ਬੜੇ ਲੋਕਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਬਾਈ ਯਾਰ ਮਕਾਨ ਛੁਡਾ ਦੋਗੇ, ਪਰ ਕੋਈ ਨਹੀਂ ਹੋਇਆ। ਅਤੇ ਬਾਈ ਯਾਰ ਜਿਹਦੇ ਆਪਦੇ ਗਹਿਣੇ ਪਏ ਉਹਨੂੰ ਗਾਂਹ ਕਿੱਥੋਂ ਲੈ ਲੂਗਾ। 3,25,000 ਰੁਪਈਏ ਦੇ ਵਿੱਚ ਮੈਂ ਤੁਹਾਨੂੰ ਵਿਖਾ ਵੀ ਦਿੰਦਾ ਉਹਦੀ ਫੋਟੋ। ਬਹੁਤ ਲੋਕਾਂ ਨੂੰ ਕਿਹਾ ਸੀ, ਬੜੇ ਲੋਕਾਂ ਨੂੰ, ਪਰ ਆਖਰ ਨੂੰ ਮੈਂ ਜਾ ਕੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਘਟਿਆ ਅਤੇ ਹੁਣ ਵੀ ਕਹਿੰਦਾ, ਮਿਹਨਤ ਬਹੁਤ ਵੱਡੀ ਚੀਜ਼ ਹੁੰਦੀ ਆ। ਜਦੋਂ ਕਿਸੇ ਦੀ ਮਿਹਨਤ ਕਰ ਦਈਏ ਨਾ, ਮਿਹਨਤ ਬਹੁਤ ਵੱਡੀ ਚੀਜ਼ ਹੁੰਦੀ ਆ। ਇਹ ਆਹ ਚੈੱਕ ਕਰੋ, ਇਹ ਆ ਰਿਹਾ ਇੱਥੇ ਵਿਸ਼ਵਦੀਪ, ਫਿਰ ਇਹ ਆ ਰਿਹਾ ਮੈਂ ਵਿਸ਼ਵਦੀਪ ਸਿੰਘ, ਆਧਾਰ ਕਾਰਡ 3098-92-73-19-34, ਸਨ ਆਫ ਗੁਰਪ੍ਰੀਤ ਸਿੰਘ, ਇੱਥੇ ਰਕਮ ਵੀ ਲਿਖੀ ਹੋਊਗੀ। ਆਹ ਜਿਹੜੇ ਬੰਦਿਆਂ ਨੇ ਸਾਈਨ ਕੀਤੇ ਸੀ, ਮੈਂਬਰਾਂ ਨੇ ਜਾਂ ਜਿਨ੍ਹਾਂ ਨੇ ਵੀ, ਫਿਰ ਤੁਸੀਂ ਇੱਕ ਮਿੰਟ ਰੁਕ ਜਾਓ, ਇੱਥੇ ਤੁਹਾਨੂੰ ਇੱਥੇ ਪੈਸੇ ਵੀ ਹੋਣਗੇ। ਆ ਰਿਹਾ 3,25,000 ਰੁਪਈਆ, ਆ ਰਿਹਾ 3,25,000 ਰੁਪਈਏ 'ਚ 3,25,000 ਰੁਪਏ ਨਗਦ ਆਵੇ ਗਾਹਕ ਵਸੂਲ। ਇਹ 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 ਕਹਿਣ ਦੀਆਂ ਗੱਲਾਂ ਹੁੰਦੀਆਂ ਜਦੋਂ ਪੰਜਾਬ ਦੇ ਵਿੱਚ ਤੁਰਦੇ ਆ ਵੀਰੋ, ਪਤਾ ਉਦੋਂ ਲੱਗਦਾ। ਮੇਰੇ ਵਰਗਿਆਂ ਦੇ ਨਾਲ ਤਾਂ ਕੋਈ ਜਿਹੜਾ ਕਹਿ ਲਓ ਜਦੋਂ ਕਿਸੇ ਨੂੰ ਖੜਨ ਦਾ ਕਹੂੰਗਾ, ਉਹਦਾ ਖੜਦਾ ਵੀ ਨਹੀਂ। ਹਾਂ ਚੋਣ ਲੜਦੇ ਆ, ਕੋਈ ਸੱਜਣ ਕੋਈ ਇੱਕ ਦੋ ਸਾਥ ਵੀ ਦੇ ਦਿੰਦੇ ਆ, ਕਿਸੇ ਨੇ ਪੋਸਟਰ ਛਪਾ ਤੇ, ਕਿਸੇ ਨੇ ਤੇਲ ਪਵਾ ਤਾ। ਔਰ ਜਿਹੜਾ ਕਹਿ ਲਓ ਆਹ ਮੈਂ ਹੁਣ ਕੋਈ ਝੂਠ ਤਾਂ ਹੈ ਨਹੀਂ, ਪਹਿਲਾਂ ਮੈਂ ਤੁਹਾਨੂੰ ਆਪਦਾ ਇੱਥੇ ਅਗਲਾ ਕਹਿੰਦਾ ਕਿਤੇ ਐਵੇਂ ਤਾਂ ਨਹੀਂ ਕਿਸੇ ਦੀ ਵਿਖਾਈ ਜਾਂਦਾ ਹਨਾ। ਮੈਂ ਤੁਹਾਨੂੰ ਆ ਰਿਹਾ ਵਿਸ਼ਵਦੀਪ ਸਿੰਘ, ਸਨ ਆਫ ਗੁਰਪ੍ਰੀਤ ਸਿੰਘ, ਮਾਹੂਆਣਾ ਬੋਦਲਾ, ਅਤੇ ਆਹ ਸਾਰਾ ਕੁਝ ਜਿਹੜਾ ਉਹਨਾਂ ਦੱਸਿਆ, ਆਹ ਮੇਰਾ ਖਾਤਾ ਰਿਹਾ। ਹੁਣ ਇਹ ਤੁਸੀਂ ਯਾਦ ਰੱਖੋ, ਅਤੇ ਆਹ ਰਹੀ ਡੇਟ, 1 ਤਰੀਕ ਤੋਂ ਲੈ ਕੇ 1 ਸਤੰਬਰ 2024 ਤੋਂ 10 ਸਤੰਬਰ 2024। ਇਹ ਕਿਸ ਤਰ੍ਹਾਂ ਚੱਲਦੀਆਂ ਰਹਿੰਦੀਆਂ, ਡੈਬਿਟ ਹੋਈ ਜਾਂਦੀਆਂ ਆਪਣੇ ਆਪ, ਬਜਾਜ ਫਾਈਨੈਂਸ ਦੀ ਆ, ਹੋਰ ਮੈਂ ਕਿਉਂ ਕੰਪਨੀਆਂ ਦੇ ਨਾਮ ਲਵਾਂ ਜਦੋਂ ਪੁੰਜਾ ਹੋਇਆ। ਮੈਂ ਫਿਰ ਤੋਂ ਦੱਸ ਰਿਹਾ 5,265,41,94,94,48,19,47,000
₹43 3610 ਜਿਹੜੀ ਐ ਕਿ ਨਹੀਂ ਭਰੀ ਗਈ ਤੇ ਇੱਕ ਅੱਧੀ ਜਿਵੇਂ ਕਹਿ ਲਓ ਇੱਕ ਮੇਰੇ ਫੋਨ ਦੀ ਕਿਸ਼ਤ ਚੱਲਦੀ ਹੈ ਜਿਹੜੀ ਆ ਫੋਨ ਤੇ ਵੀਡੀਓ ਬਣ ਰਹੀ ਆ ਇਹ ਨਾ ਕਹਿਣ ਦੀਆਂ ਗੱਲਾਂ ਹੁੰਦੀਆਂ ਅਗਲਾ ਪਤਾ ਨਹੀਂ ਕੀ ਕਹਿੰਦਾ ਜਦੋਂ ਕੋਈ ਥਾਣਾ ਸਾਡੇ ਕੋਲ ਰਹਿ ਗਿਆ ਕੋਈ ਬੰਦਾ ਮੈਨੂੰ ਉਹ ਸਾਬਤ ਕਰ ਦਿਓ ਜਿਹੜਾ ਬੰਦਾ ਜਾ ਕੇ ਕਹਿ ਦੇ ਕਿ ਮੈਂ ਵਿਸ਼ਵਦੀਪ ਨੂੰ ਬਈ ਚਾਹ ਤਾਂ ਮੈਂ ਪੀਂਦਾ ਜਦੋਂ ਮੈਂ ਕਿਸੇ ਦੇ ਨਾਲ ਜਾਂਦਾ ਥਾਣੇ ਜੇ ਅਗਲਾ ਕੋਈ ਕਹੇ ਵਿਸ਼ਵਦੀਪ ਨੇ ₹10 ਵੀ ਦਵਾਏ ਆ ਤੇ ਜਿਹੜੇ ਭਰਾ ਐਵੇਂ ਨਜਾਇਜ਼ ਬੋਲਦੇ ਆ ਮੈਂ ਨਾਂ ਨਹੀਂ ਲੈਂਦਾ ਜਿਹੜਾ ਬੰਦਾ ਬੋਲਿਆ ਸੀ ਮੈਂ ਰਾਤ ਹੀ ਵੀਡੀਓ ਵੇਖੀ ਉਹਦੀ ਉਹ ਆਂਦਾ ਵੀ ਇਹਨੇ ਪਲਾਟ ਲਏ ਆ ਸਾਨੂੰ ਪਤਾ ਲੱਗਿਆ ਬਈ ਜਿੱਥੇ ਪਲਾਟ ਪਿਆ ਖੁੱਲਾ ਸੱਦਾ ਉਸ ਪਲਾਟ ਦੇ ਵਿੱਚ ਜਾ ਕੇ ਜਿਹੜਾ ਮਰਜ਼ੀ ਬਹਿ ਜੇ ਜਿਹੜਾ ਕੋਈ ਕਹਿੰਦਾ ਵੀ ਇਹ ਵਿਸ਼ਵਦੀਪ ਦਾ ਪਲਾਟ ਆ ਉਹ ਜਾ ਕੇ ਜਿਹੜਾ ਮਰਜ਼ੀ ਬਹਿ ਜੇ ਇਹਦੇ ਉੱਤੇ ਕੋਈ ਚੈਲੰਜ ਨਹੀਂ ਕਰ ਸਕਦਾ ਮੈਂ ਕਹਿੰਦਾ ਕਿ ਜਿਹੜੇ ਮੇਰੇ ਕੋਲ ਭਾਈ ਆ 10-11 ਮਰਲੇ ਥਾਂ ਦੇ ਹੈਗੇ ਆ ਉਹ ਹੈਗੇ ਆ ਉਹ ਮੇਰੇ ਆਪਦੇ ਆ ਜੱਦੀ ਪੁਸ਼ਤੀ ਆ ਪਰ ਆਹ ਜਿਹੜੇ ਆ ਨਜਾਇਜ਼ ਤੁਸੀਂ ਇਲਜ਼ਾਮ ਲਾਉਣੇ ਕਿ ਯਾਰਾ ਬਈ ਜੀ ₹2-2 ਲੱਖ ਦੇ ਲੋਨ ਚੱਕੇ ਹੋਏ ਮੇਰੇ ਦੋ ਲੱਖ ਰੁਪਏ ਦੇ ਤੇ ਆਹ ਪਰਚਾ ਨਾ ਪੈਂਦਾ ਮੇਰੀਆਂ ਕਿਸ਼ਤਾਂ ਨਹੀਂ ਅੜਨੀਆਂ ਸੀ ਲੱਗੀ ਸਮਝ ਕੇ ਨਹੀਂ ਲੱਗੀ ਜਿਹੜਾ ਕਹਿ ਲਓ ਮੈਨੂੰ ਪਤਾ ਕਿ ਮੈਂ ਗੱਡੀਆਂ ਦੀਆਂ ਜ਼ਮਾਨਤਾਂ ਕਿਵੇਂ ਕਰਾਈਆਂ ਮੇਰਾ ਪਰਚਾ ਕੈਂਸਲ ਕੀਤਾ ਪੁਲਿਸ ਨੇ ਪਰ ਗੱਡੀਆਂ ਦਾ ਪਹਿਲੇ ਜੱਜ ਕੋਲ ਪਿਆ ਐਵੇਂ ਮੈਂ ਤੁਹਾਡੇ ਕੋਲ ਪੜਾ ਮਰ ਜਾਵਾਂ ਜੀ ਆਹ ਹੋ ਗਿਆ ਜੀ ਉਹ ਹੋ ਗਿਆ ਜੱਜ ਕੋਲ ਪਰਚਾ ਪਿਆ ਪਹਿਲ ਉਹਨਾਂ ਬੰਦਿਆਂ ਦੀ ਹੈ ਜਿਹੜੇ ਬੰਦਿਆਂ ਨੇ ਪਰਚਾ ਪਵਾਇਆ ਸੀ ਕੈਂਸਲ ਕਰਾਉਂਦੇ ਜਾਂ ਨਹੀਂ ਕਰਾਉਂਦੇ ਫਿਰ ਮੇਰੇ ਕੋਲ ਤਾਂ ਸਾਰੇ ਸਬੂਤ ਪਏ ਹੀ ਪਏ ਆ ਵੀ ਨਜਾਇਜ਼ ਬੋਲੀ ਹੋਈ ਆ ਸਾਰਾ ਕੁਛ ਹੋਇਆ ਸਾਰਾ ਕੁਛ ਨਜਾਇਜ਼ ਹੋਇਆ ਇਹ ਨਾ ਗੱਲ ਉਨੀ ਕਰਿਆ ਕਰੋ ਮੈਂ ਕਿਹੜਾ ਰੋਮੀ ਭਰਾ ਸੀ ਮੇਰੇ ਹਿਸਾਬ ਨਾਲ ਭਰਾ ਜਿਹੜਾ ਅਕਸਰ ਉਹ ਰਫਤਾਰ ਰਾਏ ਨਾਲ ਵੀ ਬੜੇ ਵਾਰੀ ਜਿੱਦਿਆ ਰੋਮੀ ਜਿਹੜਾ ਉਹ ਕਹਿ ਰਿਹਾ ਸੀ ਮੈਂ ਨਾਂ ਵੀ ਲੈ ਦਿੰਦਾ ਵੀ ਉਹਨੇ ਤਾਂ ਪਲਾਟ ਲਏ ਹੋਏ ਰੋਮੀ ਭਰਾ ਜੇ ਕਿਸੇ ਨੇ ਮੇਰਾ ਤੈਨੂੰ ਜਿਹੜਾ ਕਹਿੰਦਾ ਵੀ ਪਲਾਟ ਵਿਸ਼ਵਦੀਪ ਦਾ ਪਲਾਟ ਪਿਆ ਇਸ ਜ਼ਿਲ੍ਹੇ 'ਚ ਪਿਆ ਇਸ ਪਿੰਡ ਪਿਆ ਤੂੰ ਉਹਨੂੰ ਕਹਿ ਦੀ ਵੀ ਜਾ ਉਸ ਪਲਾਟ ਦੇ ਵਿੱਚ ਜਾ ਕੇ ਬਹਿ ਜਾ ਅਤੇ ਜੇ ਮੈਂ ਬੋਲਾਂ ਮੈਨੂੰ ਤਾਂ ਦੱਸੋ ਜੀ ਅਤੇ ਜੇ ਐਵੇਂ ਨਜਾਇਜ਼ ਕਹਿੰਦੇ ਆ ਫਿਰ ਯਾਰ ਭੰਡੀ ਕਰਨ ਲੱਗੇ ਸੋਚਿਆ ਕਰੋ ਠੀਕ ਆ ਕੋਈ ਸੱਜਣ ਮਦਦ ਕਰ ਵੀ ਦਿੰਦੇ ਆ ਜਦੋਂ ਬਿਮਾਰ ਹੋਈਦਾ ਜਾਂ ਕਿਵੇਂ ਜਦੋਂ ਪਰਚਾ ਪੈ ਗਿਆ ਪਰਚੇ ਤਾਂ ਕੋਈ ਸੱਜਣ ਚਲੋ ਨਹੀਂ ਕਰਿਆ ਜਦੋਂ ਇਲੈਕਸ਼ਨ ਸੀ ਉਦੋਂ ਕਿਸੇ ਨੇ ਪੋਸਟਰ ਛਪਾ ਤੇ ਕਿਸੇ ਨੇ ਤੇਲ ਪਵਾ ਤਾ ਅਤੇ ਬਈ ਫਿਰ ਮੈਂ ਕਿਹੜਾ ਲੜਾਈਆਂ ਉਹਦੇ ਘਰ ਦੇ ਨਾਲ ਲੜਦਾ ਫਿਰਦਾ ਮੈਨੂੰ ਕਿਹਾ ਕੋਈ ਪਾਰਟੀਆਂ ਨਹੀਂ ਜਾਣਦੀਆਂ ਭਰਾ ਸਾਰੀਆਂ ਪਾਰਟੀਆਂ ਵਾਲੇ ਜਾਣਦੇ ਆ ਵੀ ਆ ਜਾਓ ਕਰਦੇ ਆ ਅਤੇ ਵੱਡੇ ਵੀਰ ਬਾਹਰ ਬਹਿ ਕੇ ਰੌਲਾ ਪਾਉਣਾ ਬਹੁਤ ਸੌਖਾ ਭਰਾ ਯਾਰ ਤੁਸੀਂ ਆਓ ਪੰਜਾਬ ਦੇ ਵਿੱਚ ਆਓ ਤੁਸੀਂ ਤਾਂ ਪੱਲਾ ਛਡਾ ਕੇ ਭੱਜ ਗਏ ਤੁਸੀਂ ਸਰਕਾਰ ਦੇ ਖਿਲਾਫ਼ ਬੋਲੋ ਜਿਹੜੀ ਸਰਕਾਰ ਸਾਨੂੰ ਵੜ ਵੜ ਖਾ ਰਹੀ ਆ ਉਹ ਸਰਕਾਰ 'ਤੇ ਬੋਲੋ ਸਾਡੇ 'ਤੇ ਦਿਨੋਂ ਦਿਨ ਪੰਜਾਬ 'ਤੇ ਕਰਜ਼ਾ ਚੜ੍ਹੀ ਜਾਂਦਾ ਹਾਲੇ ਤਾਂ ਤੁਸੀਂ ਬਾਹਰ ਗਏ ਆ ਡੇਲੀ ਨੌਜਵਾਨ ਬਾਹਰ ਜਾ ਰਹੇ ਆ ਸਾਡੀਆਂ ਧੀਆਂ ਭੈਣਾਂ 7 ਸਮੁੰਦਰੋਂ ਪਾਰ ਜਾ ਰਹੀਆਂ ਤੁਸੀਂ ਉਸ ਮਸਲਿਆਂ 'ਤੇ ਬੋਲੋ ਅਤੇ ਆਹ ਮੈਂ ਭਾਈ ਸਾਹਿਬ ਤੁਹਾਨੂੰ ਦੱਸਤਾ ਐਵੇਂ ਮੈਂ ਤੁਹਾਨੂੰ ਉਹ ਕਰੀ ਜਾਵਾਂ ਉਹਦਾ ਫਾਇਦਾ ਕੋਈ ਨਹੀਂ ਅਤੇ ਇਹ ਗੱਲ ਜਿਹੜੀ ਕਹਿ ਲਓ ਇੱਕ ਮੇਰੀ ਨਵੇਂ ਮੈਂ ਫਿਰ ਮੈਨੂੰ ਦੱਸਣਾ ਪਊਗਾ ਪਰ ਜਦੋਂ ਤੁਸੀਂ ਕਹੀ ਜਾਂਦੇ ਆ ਵੀ ਇਹ ਤਾਂ ਭਾਈ ਪਲਾਟ ਪਏ ਜੀ ਉਹ ਪਏ ਇੱਕ ਮੇਰੇ ਸਿਗਨਲ ਡਾਊਨ ਹੋ ਗਏ ਸੀ ਇਲੈਕਸ਼ਨ ਤੋਂ ਪਹਿਲਾਂ ਇੱਕ ਨਵੇਟਰ ਲਿਆ ਸੀ ਉਹ ਮੈਂ ਦੂਜੇ ਸੱਜਣ ਦੇ ਪੈਨ ਕਾਰਡ ਆਧਾਰ ਕਾਰਡ 'ਤੇ ਚੱਕਿਆ ਸੀ ਉਹ HDB ਕਾਰਡ ਤੋਂ ਉਹਦੀ ਜਿਹੜਾ ਕਹਿ ਲਓ ਮੇਰੀ ਜਿਹੜੀ ਕਿਸ਼ਤ ਜਾਂਦੀ ਆ ਪਤਾ ਨਹੀਂ ₹2665 ਜਾਂਦੀ ਹੈ ਖਰੀ 2665 ਆ ਉਹ ਵੀ ਅੜੀਆਂ ਪਈਆਂ ਦੋ ਕਿਸ਼ਤਾਂ ਇਹ ਬਈ ਕਹਿਣ ਦੀਆਂ ਗੱਲਾਂ ਹੁੰਦੀਆਂ ਅਤੇ ਜਿਹੜਾ ਭਰਾ
ਅੱਗੇ ਤੋਂ ਇਹ ਕਵੇ ਕਿ ਵਿਸ਼ਵਦੀਪ ਨੇ ਪਲਾਟ ਲਏ ਆ, ਉਹ ਬਈ ਮੈਨੂੰ ਫੋਨ ਲਾ ਲਏ ਕਿ ਬਈ ਤੇਰਾ ਇੱਥੇ ਪਲਾਟ ਪਿਆ, ਮੈਂ ਉਹ ਐਂ ਕਰਕੇ ਲਾਈਵ ਕਰਕੇ ਕਹਿ ਫੋਨ ਲਾਵੇ, ਮੈਂ ਸਿੱਧਾ ਕਹੂੰਗਾ ਵੀ ਜਿਹੜਾ ਆ ਨਾ ਵੀ ਇੱਥੇ ਪਲਾਟ ਪਿਆ, ਇਹਨੇ ਪਲਾਟ ਲਏ ਆ, ਉਹ ਮੇਰੇ ਪਲਾਟ 'ਚ ਜਾ ਕੇ ਨਾ ਮੱਲ ਮਾਰ ਕੇ ਬਹਿ ਜੇ। ਲਏ ਨਹੀਂ, ਜੇ ਦਾਤੇ ਨੇ ਕਦੇ ਚਾਹਿਆ ਤਾਂ ਜ਼ਰੂਰ ਲਵਾਂਗੇ, ਹਲੇ ਤਾਂ ਵੀਰ ਆਪ ਵਿਕੇ ਬੈਠੇ ਆ, ਖਰੀਦਣ ਦੀ ਹਲੇ ਕੋਈ ਔਕਾਤ ਨਹੀਂ ਗੀ। ਜਿਹੜੇ ਮੈਂ ਦੱਸਿਆ ਗੱਲਾਂ ਹੁੰਦੀਆਂ, ਵੇਖਣ ਨੂੰ ਕੀ ਹੁੰਦਾ, ਗੱਡੀ ਦਾ ਰੌਲਾ ਪਾ ਲਿਆ ਜੀ, ਸਕੋਰਪੀਓ ਸੀ ਹੀਰਾ ਸਿੰਘ ਦੀ, ਮੈਂ ਫੜਾ ਵੀ ਆਇਆ, ਹੀਰਾ ਸਿੰਘ ਦੀ ਸੀਗੀ, ਪਿੰਡ ਸੀਗਾ ਆਸ਼ੀਕੇ, ਜਿਹੜਾ ਜ਼ਿਲ੍ਹਾ ਉਹਨਾਂ ਨੂੰ ਫਿਰੋਜ਼ਪੁਰ ਪੈਂਦਾ ਸੀ। ਇਹ ਸਿਰਫ ਕਹਿਣ ਦੀ ਗੱਲ ਆ ਜਾਂਦੀ ਹੈ। ਫਿਰ ਜਿਹੜਾ ਕਹਿ ਲਓ ਜਿਹੜੀ ਸਵਿਫਟ ਡਿਜ਼ਾਇਰ ਸੀ ਗੱਡੀ, 2009 ਮਾਡਲ, 70,000 ਦੀ ਗੱਡੀ ਆ ਜਾਂਦੀ ਪੈਟਰੋਲ ਗੱਡੀ, ਤੁਹਾਨੂੰ ਵੀ ਪਤਾ ਕਿੰਨਾ ਕੁ ਮਾਰਜਨ ਆ ਗੱਡੀਆਂ ਦਾ, ਜਿਹੜੀਆਂ ਡਾਊਨ ਉਹ ਹੁੰਦਾ ਮਾਡਲ ਹੁੰਦਾ। ਉਹ ਕੁਲਵਿੰਦਰ ਜੌਹਰ ਸੱਜਣ ਸੀ, ਉਹਨੇ ਉਹ ਕੀਤਾ ਸੀ। ਉਸ ਤੋਂ ਬਾਅਦ ਵੀ ਗੱਡੀਆਂ ਸਾਰੀਆਂ ਯੱਬਦੀਆਂ ਸਾਰਾ ਕੁਛ। ਹੁਣ ਇਸ ਟਾਈਮ ਜਦੋਂ ਧਰਨੇ 'ਚ ਜਾਣਾ, ਧਰਨੇ ਲੱਗੇ ਦੇ ਆ ਜਦੋਂ ਪੰਜਾਬ ਦੇ, ਜਦੋਂ ਕੋਈ ਫੋਨ ਕਰਦਾ ਵੀ ਧਰਨੇ ਨੇ ਪਹੁੰਚੋ, ਪਹਿਲੇ ਕਹਿ ਦੇ ਤਾਂ ਬਈ ਮੁਸ਼ਕਿਲ ਆ, ਆਉਣ ਜਾਣ ਦਾ ਹੁਣ ਪ੍ਰਬੰਧ ਹੈ ਨਹੀਂ ਗਾ। ਬਈ ਜੀ ਕਹਿਣ ਦੀਆਂ ਗੱਲਾਂ ਹੁੰਦੀਆਂ, ਇਹ ਸਿਰਫ ਕਈ ਜਾਣਾ ਜੀ। ਹੁਣ ਕੋਈ ਕਹਿੰਦਾ ਜੀ ਪੇਜਾਂ ਤੋਂ ਪੈਸੇ ਬੜੇ ਆਉਂਦੇ, ਮੈਂ ਕਹਿੰਦਾ ਦੱਸ ਦਿਨ ਮੇਰਾ ਪੇਜ ਚਲਾ ਲਓ ਕੋਈ। ਬਈ ਯਾਰ ਮੇਰੇ ਅੱਗੇ ਦੇ ਪੇਜ 'ਤੇ 20 ਰਿਪੋਰਟਾਂ ਆ ਜਾਂਦੀਆਂ, ਕਿੰਨੇ ਬੰਦੇ ਜਿਹੜੇ ਬੋਲਦੇ ਸੀ ਉਹਨਾਂ ਦੇ ਪੇਜ ਚੱਕੇ ਗਏ, ਭਾਨੇ ਸਿੱਧੂ ਵਰਗਿਆਂ ਦੇ ਪੇਜ ਚੱਕੇ ਗਏ, ਲੱਕੇ ਸਧਾਣੇ ਵਰਗਿਆਂ ਦੇ ਪੇਜ ਚੱਕੇ ਗਏ, ਹੋਰ ਬੜੇ ਸੱਜਣਾਂ ਦੇ ਪੇਜ ਚੱਕੇ ਗਏ ਸੀ। ਇਹ ਕਹਿਣ ਦੀਆਂ ਗੱਲਾਂ ਹੀ ਹੁੰਦੀਆਂ ਕਿ ਆਹ ਤੁਹਾਡੇ ਸਾਹਮਣੇ ਆਹ ਚਿੱਠਾ ਜਿਹੜਾ ਤੁਹਾਡੇ ਸਾਹਮਣੇ ਰੱਖਤਾ ਸਟੇਟਮੈਂਟਾਂ ਨਾਲੇ, ਅੱਜ ਹੁਣੇ ਕਢਾ ਕੇ ਲਿਆਇਆ। ਜੇ ਇਹਨਾਂ ਨੇ ਟਾਈਮ ਲਿਖਿਆ ਹੋਇਆ ਤਾਂ ਟਾਈਮ ਵੀ ਮੇਰੇ ਹਿਸਾਬ ਨਾਲ ਕੋਈ ਘੰਟਾ ਕੀ ਹੋਇਆ ਕਢਾ ਕੇ ਲਿਆਇਆ। ਮੈਂ ਕਿਹਾ ਦੱਸ ਦਿੱਤੇ ਵੀ ਇਹਨੇ ਸੱਚੀ ਕੋਈ ਪੰਜਾਬ ਕਹੋ ਯਾਰ, ਵਾਕਈ ਪਲਾਟ ਲਈ ਜਾਂਦੇ ਆ। ਬਈ ਪਲਾਟ ਲੈਣ ਨੂੰ ਮੈਂ ਕੋਈ ਸਰਕਾਰ 'ਚ ਨਹੀਂ ਬੈਠਾ, ਪਲਾਟ ਖਰੀਦੂੰਗਾ ਕੋਈ ਮੈਂ MLA ਦੇ ਨਾਲ ਨਹੀਂ ਰਹਿੰਦਾ। ਇਹ ਗੱਲਾਂ ਹੁੰਦੀਆਂ, ਮਜ਼ਾਕ ਨਹੀਂ ਡਾਈਦਾ ਹੁੰਦਾ ਭਰਾ। ਹਾਂ ਤੁਹਾਡਾ ਹੱਕ ਆ ਬੋਲਣ ਦਾ, ਤੁਸੀਂ ਬੋਲੋ, ਪਰ ਯਾਰ ਕੋਈ ਫੋਨ ਕਰਕੇ ਮਾੜਾ ਜਿਹਾ ਪੁੱਛ ਤਾਂ ਲਿਆ ਕਰੋ ਯਾਰ, ਵੀ ਆਹ ਗੱਲ ਹੈਗੀ ਆ। ਬਈ ਜੇ ਗੱਲ ਹੋਵੇ ਤੁਸੀਂ ਬੋਲੋ, ਜੇ ਹੈ ਨਹੀਂ ਤਾਂ ਯਾਰ ਨਜਾਇਜ਼ ਭੰਡੀ ਕਰਨ ਦਾ ਲੋਕਾਂ ਨੂੰ ਕਿਉਂ ਕਹਿਣਾ। ਅਤੇ ਜਿਹੜਾ ਕਹਿ ਲਓ ਤੁਸੀਂ ਕਹਿੰਦੇ ਆ ਵੀ ਲੋਕ ਜਿਹੜੇ ਕਹਿ ਲਓ ਬਾਹਰੋਂ ਕਿਸੇ ਨੇ ਪੈਸੇ, ਬਈ ਯਾਰ ਜੇ ਕਿਸੇ ਨੇ ਇਲੈਕਸ਼ਨ ਦੇ ਵਿੱਚ ਨਾਲ ਖੜ ਗਿਆ, ਮੇਰੇ ਨਾਲ ਕਿਹੜਾ ਕੋਈ 100 'ਚੋਂ ਕੋਈ 1 ਅੱਧਾ ਖੜਦਾ, ਉਹ ਵੀ ਪਤਾ ਨਹੀਂ ਰੱਬ ਤਰਸੀ ਕਿਹੜਾ ਖੜਦਾ, ਅਤੇ ਉਹਦਾ ਪਰਮਾਤਮਾ ਧੰਨਵਾਦ ਕਰੇ। ਫਿਰ ਲੈ ਮੈਂ ਸਰ ਪੈਸੇ ਦੱਸ ਨਹੀਂ ਗਿਆ ਸੀ, 1.5 ਲੱਖ ਰੁਪਈਆ ਮੈਂ ਦੇਣਾ ਗੁਰਸੇਵਕ ਸਿੰਘ ਟੂਰ ਦਾ, ਗੁਰਸੇਵਕ ਸਿੰਘ ਟੂਰ ਉਹਦਾ ਨੰਬਰ ਵੀ ਦੇ ਦੇਣਾ। ਹੁਣ ਸੁਣੀ ਵੇਖੀ ਚੱਲਿਆ ਜੇ, ਜਿਹੜੇ ਬੰਦਿਆਂ ਨੇ ਸ਼ਾਇਦ ਉਸੇ ਭਰਾ ਨੇ ਕਿਹਾ ਹੋਵੇ ਕਿ ਯਾਰ ਮੈਂ ਪੈਸੇ ਲੈਣੇ ਵਿਸ਼ਵਦੀਪ ਤੋਂ, ਹੈ ਨਾ, ਕੋਈ ਕਹਿ ਹੀ ਦਿੰਦਾ। ਗੁਰਸੇਵਕ ਸਿੰਘ ਟੂਰ ਦਾ ਆਹ ਵੀਰ ਦਾ ਨੰਬਰ ਆ, ਇਸ ਬੰਦੇ ਦਾ ਜਿਹੜਾ ਕਹਿ ਲਓ ਮੈਂ ਮਕਾਨ ਪਾ ਰਿਹਾ ਸੀ, ਲੈਂਟਰ ਦੀ ਛੱਤ ਅੜ ਗਈ ਸੀ, ਇਹਦੇ ਕੋਲੋਂ ਮੈਂ ਕਿਹਾ ਬਾਈ ਯਾਰ ਮੈਨੂੰ, ਇਹਨੇ ਬਾਈ ਨੇ ਉਦੋਂ 1,30,000 ਰੁਪਇਆ ਪਾਇਆ, ਹੋਰ ਇਹ ਤੋਂ ਵਿਚਾਰੇ ਤੋਂ ਕਦੇ 20,000 ਬਾਅਦ 'ਚ ਫੜਿਆ, ਅਤੇ ਇਹ ਜਿਹੜਾ ਕਹਿ ਲਓ ਇਹਦਾ। ਉਸ ਤੋਂ ਬਾਅਦ ਸਾਬਕਾ SHO ਪਵਿੱਤਰ ਸਿੰਘ ਲੁਧਿਆਣਾ ਜ਼ਿਲ੍ਹੇ ਦਾ ਬੰਦਾ ਜਿਹੜਾ ਕਹਿ ਲਓ, ਉਸ ਬੰਦੇ ਤੋਂ 1.5 ਲੱਖ ਰੁਪਇਆ ਫੜਿਆ ਮੈਂ। ਮੈਂ ਕਿਹਾ ਬਾਈ ਵੀ ਇਸ ਤਰ੍ਹਾਂ ਸਿੱਧੂ ਆ ਰਿਹਾ, ਬਾਈ ਨੇ DP ਆ ਲਈ ਆ ਰਿਹਾ ਨੰਬਰ, ਪੁੱਛ ਲਿਆ ਜੀ, ਮੈਂ ਤਾਂ ਨੰਬਰ ਵੀ ਵਿੱਚੇ ਦੇਈ ਜਾਂਦਾ। ਇਹ ਐਵੇਂ ਕਹਿਣ ਦੀਆਂ ਗੱਲਾਂ ਹੁੰਦੀਆਂ, ਐਵੇਂ ਬਦਨਾਮ ਨਾ ਕਰਿਆ ਕਰੋ ਭਰਾ।
ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਆ ਕਿਸ਼ਤਾਂ ਵੀ ਦੇਈ ਜਾਂਦਾ, ਪੈਸੇ ਉੱਧਰ ਦੇ ਤਾਂ ਖੜੇ ਹੀ ਖੜੇ, ਇਹਨਾਂ ਦੇ ਤਾਂ ਦੋਨਾਂ ਦੇ ਖੜੇ ਹੀ ਖੜੇ ਆ ਹਲੇ ਹਲੇ ਹੋਰਾਂ ਦੇ ਬੜੇ ਜਿਹੜੇ ਕੋਈ 15-10 ਜਾਂ ਕਿਵੇਂ। ਇਸ ਕਰਕੇ ਭਰਾ ਹੱਥ ਜੋੜ ਕੇ ਬੇਨਤੀ ਆ, ਐਵੇਂ ਬਦਨਾਮ ਨਾ ਕਰਿਆ ਕਰੋ ਭਰਾ, ਹਲੇ ਤਾਂ ਮੈਂ ਆਪ ਵਿਕਿਆ ਬੈਠਾ, ਮੇਰੀ ਖਰੀਦਣ ਦੀ ਕੋਈ ਔਕਾਤ ਨਹੀਂ ਗੀ, ਅਤੇ ਮੇਰਾ ਮਜ਼ਾਕ ਨਾ ਡਾਇਆ ਕਰੋ, ਇੰਨੀ ਕੁ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੋ ਜ਼ਰੂਰ, ਚਾਹੇ ਕੋਈ ਉਹ ਆਪਣਾ ਜਿਹੜਾ ਹੈਗਾ ਨਾ ਉਹ ਰਤਨ ਜੋਤ ਦੁਰਾਹਾ, ਉਹ ਬੋਲੇ ਆਪਣੇ ਤੇ ਮੈਨੂੰ ਕੋਈ ਦੁੱਖ ਨਹੀਂ, ਚਾਹੇ ਬੋਲੇ ਟੋਮੀ ਬੋਲੇ ਰੋਮੀ ਬੋਲੇ ਮੈਨੂੰ ਕੋਈ ਦਿੱਕਤ ਨਹੀਂ, ਪਰ ਸੱਚ ਬੋਲੋ, ਮੇਰੇ ਤੋਂ ਪੁੱਛ ਲਓ ਭਾਈ, ਮੈਂ ਤੁਹਾਨੂੰ ਸਬੂਤ ਇੱਕ ਚੀਜ਼ ਦੇ ਪਾਈ ਜਾਊਂਗਾ। ਲੋਨ ਚੱਕ ਕੇ ਚੀਜ਼ਾਂ ਬਣਾਈਆਂ ਜਿਹੜੀਆਂ ਬਣਾਈਆਂ, ਜੇ ਅਸਲਾ ਸੀ ਅਸਲਾ ਬਈ 60-70 ਹਜ਼ਾਰ ਦਾ ਆਂਦਾ, ਜੇਕਰ ਉਹ ਦੁਕਾਨਦਾਰ ਦਾ ਕੋਈ ਖਾਸ ਬੰਦਾ ਹੋਵੇ ਜਾਂ ਕੋਈ ਉਹਦੀ ਸਿਫਾਰਿਸ਼ ਪੈ ਜਾਵੇ ਤਾਂ ਬਈ ਕਈ ਵਾਰੀ ਆਧਾਰ ਵੀ ਹੋ ਜਾਂਦਾ, ਕਿਤੇ ਵੀ ਕਾਰਨ ਸੌਦੇ ਆਧਾਰ ਨਹੀਂ ਚੱਕਦੇ ਹੁੰਦੇ ਆਪਾਂ ਕਿਤੋਂ। ਇਸ ਕਰਕੇ ਬਈ ਐਵੇਂ ਬੰਦੇ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ। ਹਾਂ, ਜੇਕਰ ਮੈਂ ਕੁਝ ਗਲਤ ਬੋਲਿਆ ਉਹਦੇ ਵਾਸਤੇ ਮਾਫ਼ੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।